ਇਸ ਸਰਕਾਰ ਦੇ ਖਿਲਾਫ਼ ਇਹਦੇ ਝੂਠੇ ਸਹੁੰਆਂ ਜਿਹੜੀਆਂ ਲਿੱਤੀਆਂ ਉਹਦੇ ਖਿਲਾਫ਼ ਜਨਤਾ ਦਾ ਬੜਾ ਗੁੱਸਾ ਕਿ ਸਾਨੂੰ ਇਸ ਕੈਪਟਨ ਨੇ ਬੇਵਕੂਫ ਬਣਾਇਆ। ਇਹ ਜਿਹੀਆਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਲੋਕਾਂ ਦੇ ਮਨ 'ਚ ਇੱਕ ਉਮੀਦ ਜਗਾਈ ਸੀ ਕਿ ਲੋਕ ਕੋਈ ਆਮ ਉਦਾਹਰਣ ਹੈ ਕਿ ਕੋਈ ਝੂਠੀ ਸਹੁੰ ਨਹੀਂ ਖਾਂਦਾ ਗੁਟਕਾ ਸਾਹਿਬ ਦਾ। ਪਹਿਲਾ ਇਨਸਾਨ ਹੋਣਾ ਮਹਿਲਾ ਦਾ ਉਹ ਵੀ ਸਟੇਚਰ ਦਾ ਜਦੋਂ ਕੈਪਟਨ ਵਰਗਾ ਜਿਹੜਾ ਆਪਣੇ ਆਪ ਨੂੰ ਲੀਡਰ ਦਾ ਮਤਲਬ ਕੀ ਹੈ ਜਿਹੜਾ ਲੀਡ ਕਰਦਾ। ਲੀਡਰ ਦੀ ਜ਼ਬਾਨ ਅਤੇ ਲੋਕਾਂ 'ਤੇ ਵਿਸ਼ਵਾਸ ਹੁੰਦਾ। ਜੇ ਕਾਂਗਰਸ ਪਾਰਟੀ ਦਾ ਮੁਖੀ ਲੀਡਰ ਝੂਠੀ ਸਹੁੰ ਖਾਏ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ, ਜਿਹਦੇ 'ਚ ਇਰਾਦਾ ਨਾ ਹੋਏ ਉਹਦਾ ਪੂਰਾ ਕਰਨ ਦਾ ਸਹੁੰ, ਇਹਨੂੰ ਪਤਾ ਹੋਏ ਕਿ ਮੇਰੀ ਸਹੁੰ ਝੂਠੀ ਖਾ ਰਿਹਾ, ਇਹ ਤੋਂ ਘਟੀਆ ਗੱਲ ਮਾੜੀ ਗੱਲ ਕੀ ਹੋ ਸਕਦੀ? ਦੇਖੋ ਸਾਰੇ ਗੱਲਾਂ ਬੇਬੁਨਿਆਦ ਨੇ। ਸਾਡੇ ਪੈਸੇ ਤਾਂ ਪਹਿਲਾਂ ਵੀ ਦਿੰਦੇ ਹਾਂ, ਅੱਜ ਤਾਂ ਗੁਰੂ ਘਰਾਂ ਨੂੰ ਵੀ ਸ਼ੁਰੂ ਤੋਂ ਅੱਜ ਤਾਂ ਕੋਈ ਨਵੀਂ ਨਹੀਂ ਦੇਣ ਲੱਗੇ ਵੀ ਰੈਲੀ 'ਤੇ ਹੀ ਦੇਣ ਲੱਗਿਆ, ਇਹ ਤਾਂ ਪਹਿਲਾਂ 'ਤੇ ਵੀ ਪੈਸੇ ਮਿਲਦੇ ਨੇ। ਅਤੇ ਇਸ ਕਰਕੇ ਇਹਨਾਂ ਨੇ ਜ਼ਰੂਰ ਜਿਹੜੀ ਪਾਰਲੀਮੈਂਟ ਕੋਟਾ ਹੈਗਾ ਪਹਿਲਾਂ ਕਿਤੇ ਨਹੀਂ ਵੰਡਿਆ ਇਹਨਾਂ ਨੇ, ਤੁਸੀਂ ਆਪ ਹੀ ਦੇਖਿਆ ਹੋਣਾ। ਔਰ ਹੁਣ ਇਹ ਸਾਰੇ ਸਰਪੰਚਾਂ ਨੂੰ ਲਾਲਚ ਦਿੱਤਾ ਇਹਨਾਂ ਨੇ ਪਾਰਲੀਮੈਂਟ ਕੋਟੇ 'ਚ, ਵੀ ਹੁਣ 2 ਲੱਖ ਦੇਵਾਂਗੇ, ਕਿਸੇ ਨੂੰ 4 ਲੱਖ ਦੇਵਾਂਗੇ। ਇਹ ਲਾਲਚ ਦੇ ਕੇ ਇਹਨਾਂ ਨੇ ਜਿਹੜੀਆਂ ਆਪਣੀਆਂ ਬੱਸਾਂ ਭਰੀਆਂ ਨੇ ਸਰਪੰਚਾਂ ਨੂੰ ਲਾਲਚ ਦੇ ਕੇ, ਆਪਾਂ ਸਾਰਾ ਕੁਝ ਦੇਖਿਆ। ਇਸ ਤੋਂ ਇਲਾਵਾ ਮੈਂ ਇਹ ਵੀ ਦੇਖਿਆ ਗਿਆ ਕਿ ਮਸਤਵਾਣਾ ਸਾਹਿਬ ਸਾਡੀ ਬੜੀ ਜਿਹੜੀ ਸਿੱਖਾਂ ਸੰਤ ਬਾਬਾ ਬਹਾਦਰ ਸਿੰਘ ਜੀ ਦੀ ਮਹਾਨ ਧਰਤੀ ਹੈ, ਉੱਥੇ ਮੁਲਾਜ਼ਮਾਂ ਨੂੰ ਵੀ ਉੱਥੇ ਬੁਲਾ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਪਿੰਡਾਂ ਵਿੱਚ ਜਾਓ, ਉੱਥੋਂ ਬੱਸਾਂ ਲੈ ਕੇ ਆਓ ਭਰ ਭਰ ਕੇ।